ਦੁਕਾਨ ਦੇ ਵਿੱਚ ਵੜ ਕੇ ਸ਼ਰਿਆਂ ਦੁਕਾਨਦਾਰ ਦੇ ਨਾਲ ਕੁੱਟਮਾਰ ਕੀਤੀ ਗਈ ਹੈ। ਦਰਸਲ ਜਾਣਕਾਰੀ ਅਨੁਸਾਰ ਕਿਹਾ ਜਾ ਰਿਹਾ ਹੈ ਕਿ ਦੁਕਾਨ ਦੇ ਬਾਹਰ ਦੋ ਧਿਰਾਂ ਆਮੋ ਸਾਹਮਣੇ ਹੋਈਆਂ ਸੀ। ਕੁਝ ਬਦਮਾਸ਼ਾਂ ਨੇ ਇੱਕ ਨੌਜਵਾਨ ਨੂੰ ਘੇਰਾ ਪਾਇਆ ਸੀ ਅਤੇ ਉਸ ਦੇ ਨਾਲ ਦੁਕਾਨ ਦੇ ਬਾਹਰ ਕੁੱਟਮਾਰ ਕੀਤੀ ਜਾ ਰਹੀ ਸੀ, ਪਰ ਉਹ ਨੌਜਵਾਨ ਇਕੱਲਾ ਸੀ ਅਤੇ ਆਪਣੀ ਜਾਨ ਬਚਾਉਣ ਦੇ ਲਈ ਜਦੋਂ ਉਹ ਦੁਕਾਨ ਦੇ ਵਿੱਚ ਵੜਿਆ ਤਾਂ ਦੁਕਾਨਦਾਰ ਨੇ ਦੋਵਾਂ ਨੂੰ ਹੀ ਬਾਹਰ ਜਾਣ ਦੇ ਲਈ ਕਿਹਾ। ਪਰ ਇੰਨੇ ਦੇ ਵਿੱਚ ਜੋ ਬਦਮਾਸ਼ ਸੀ ਜਿਨ੍ਹਾਂ ਨੇ ਨੌਜਵਾਨ ਦੇ ਨਾਲ ਕੁੱਟਮਾਰ ਕੀਤੀ ਸੀ ਬਾਹਰ, ਤਾਂ ਉਹ ਗੁੱਸੇ ਦੇ ਵਿੱਚ ਆ ਜਾਂਦੇ ਨੇ। ਜਿੱਥੇ ਨੌਜਵਾਨ ਨੂੰ ਕੁੱਟਿਆ ਜਾਂਦਾ ਉੱਥੇ ਹੀ ਦੁਕਾਨਦਾਰ ਦੇ ਵੀ ਅੰਦਰ ਹੀ ਵੜ ਕੇ ਕੁੱਟਮਾਰ ਕੀਤੀ ਜਾਂਦੀ ਹੈ ਅਤੇ ਇਸੇ ਦੌਰਾਨ ਦੋਵਾਂ ਦੇ ਕੱਪੜੇ ਵੀ ਫਾੜ ਦਿੱਤੇ ਜਾਂਦੇ ਨੇ। ਮੌਕੇ ਦੀ CCTV ਸਾਹਮਣੇ ਆਈ ਹੈ ਜਿਸ 'ਚ ਸਾਫ਼ ਦੇਖਿਆ ਜਾ ਸਕਦਾ ਕਿ ਬੇਖੌਫ ਹੋਏ ਕਈ ਬਦਮਾਸ਼ਾਂ ਨੇ ਦੋਵਾਂ ਦੇ ਨਾਲ ਕੁੱਟਮਾਰ ਕੀਤੀ ਹੈ ਅਤੇ ਇਸ ਦੌਰਾਨ ਕੱਪੜੇ ਵੀ ਫਾੜ ਦਿੱਤੇ ਗਏ ਨੇ। ਤਾਂ ਵਾਇਰਲ ਵੀਡੀਓ ਇਹ ਕਪੂਰਥਲਾ ਦੀ ਦੱਸੀ ਜਾ ਰਹੀ ਹੈ ਜਿੱਥੇ ਕਿ ਇੱਕ ਦੁਕਾਨਦਾਰ ਦੇ ਨਾਲ ਅੰਦਰ ਵੜ ਕੇ ਦੁਕਾਨ ਦੇ ਸ਼ਰੇਆਮ ਕੁੱਟਮਾਰ ਕੀਤੀ ਗਈ ਹੈ ਅਤੇ ਮੌਕੇ ਦੀ ਤਸਵੀਰਾਂ ਇਹ ਸਾਹਮਣੇ ਆਈਆਂ ਨੇ। ਅਜੀਤ ਨਗਰ ਸਕੂਲ ਦੇ ਸਾਹਮਣੇ ਦੁਕਾਨ ਆ ਮੇਰੀ, ਕਰਿਆਨੇ ਦੀ, ਚਾਵਲਾ ਕਰਿਆਨਾ ਸਕੂਲ। ਅੱਛਾ ਜੀ। ਉੱਥੇ ਸਾਹਮਣੇ ਦੁਕਾਨ ਵਾਲੇ ਮੁੰਡੇ ਨਾਲ ਲੜੇ ਸੀ ਦੋ ਜਾਣੇ, ਉਹਨਾਂ ਨੂੰ ਬਚਾਉਂਦੇ ਬਚਾਉਂਦੇ ਮੈਂ ਆਪਣੀ ਦੁਕਾਨ ਦੇ ਅੰਦਰ ਵੜ ਗਿਆ ਅਤੇ ਨਾਲ ਦਾ ਮੁੰਡਾ ਇੱਕ ਬਚਾਉਂਦਾ ਬਚਾਉਂਦਾ ਉਹ ਮੇਰੀ ਦੁਕਾਨ ਦੇ ਅੰਦਰ ਵੜ ਗਿਆ। ਉਹ ਵੀ ਅੱਛਾ ਜੀ। ਉਹਨੂੰ ਮੈਂ ਸਗੋਂ ਬਾਹਰ ਕੱਢਾਂ ਕਿ ਬਾਹਰ ਆ ਜਾ, ਬਾਹਰ ਆ ਜਾ ਭਰਾਵਾ, ਮੇਰੀ ਦੁਕਾਨ ਦਾ ਨੁਕਸਾਨ ਨਾ ਕਰਾ। ਉਹ 5-7 ਜਣੇ ਇਕੱਠੇ ਹੋ ਗਏ, ਉਹਨੂੰ ਵੀ ਕੁੱਟਣ ਲੱਗ ਪਏ, ਮੇਰੀ ਦੁਕਾਨ ਦਾ ਵੀ ਨੁਕਸਾਨ ਕਰਨ ਲੱਗ ਪਏ, ਮੇਰੀ ਵੀ ਕੁੱਟਣ ਲੱਗ ਪਏ। ਪ੍ਰਸ਼ਾਸਨ ਦੀ ਮੰਗ ਕਰਦੇ? ਪ੍ਰਸ਼ਾਸਨ ਦੀ ਇਹੀ ਮੰਗ ਕਰਦੇ ਹਾਂ ਜੀ, ਅਸੀਂ ਮਿਹਨਤ ਮਜ਼ਦੂਰੀ ਵਾਲੇ ਬੰਦੇ ਹਾਂ, ਇੱਦਾਂ ਧੱਕਾ। ਦੁਕਾਨ ਦੇ ਵਿੱਚ ਵੜ ਕੇ ਸ਼ਰਿਆਂ ਦੁਕਾਨਦਾਰ ਦੇ ਨਾਲ ਕੁੱਟਮਾਰ ਕੀਤੀ ਗਈ ਹੈ। ਦਰਸਲ ਜਾਣਕਾਰੀ ਅਨੁਸਾਰ ਕਿਹਾ ਜਾ ਰਿਹਾ ਹੈ ਕਿ ਦੁਕਾਨ ਦੇ ਬਾਹਰ ਦੋ ਧਿਰਾਂ ਆਮੋ ਸਾਹਮਣੇ ਹੋਈਆਂ ਸੀ। ਕੁਝ ਬਦਮਾਸ਼ਾਂ ਨੇ ਇੱਕ ਨੌਜਵਾਨ ਨੂੰ ਘੇਰਾ ਪਾਇਆ ਸੀ ਅਤੇ ਉਸ ਦੇ ਨਾਲ ਦੁਕਾਨ ਦੇ ਬਾਹਰ ਕੁੱਟਮਾਰ ਕੀਤੀ ਜਾ ਰਹੀ ਸੀ, ਪਰ ਉਹ ਨੌਜਵਾਨ ਇਕੱਲਾ ਸੀ ਅਤੇ ਆਪਣੀ ਜਾਨ ਬਚਾਉਣ ਦੇ ਲਈ ਜਦੋਂ ਉਹ ਦੁਕਾਨ ਦੇ ਵਿੱਚ ਵੜਿਆ ਤਾਂ ਦੁਕਾਨਦਾਰ ਨੇ ਦੋਵਾਂ ਨੂੰ ਹੀ ਬਾਹਰ ਜਾਣ ਦੇ ਲਈ ਕਿਹਾ। ਪਰ ਇੰਨੇ ਦੇ ਵਿੱਚ ਜੋ ਬਦਮਾਸ਼ ਸੀ ਜਿਨ੍ਹਾਂ ਨੇ ਨੌਜਵਾਨ ਦੇ ਨਾਲ ਕੁੱਟਮਾਰ ਕੀਤੀ ਸੀ ਬਾਹਰ, ਤਾਂ ਉਹ ਗੁੱਸੇ ਦੇ ਵਿੱਚ ਆ ਜਾਂਦੇ ਨੇ। ਜਿੱਥੇ ਨੌਜਵਾਨ ਨੂੰ ਕੁੱਟਿਆ ਜਾਂਦਾ ਉੱਥੇ ਹੀ ਦੁਕਾਨਦਾਰ ਦੇ ਵੀ ਅੰਦਰ ਹੀ ਵੜ ਕੇ ਕੁੱਟਮਾਰ ਕੀਤੀ ਜਾਂਦੀ ਹੈ ਅਤੇ ਇਸੇ ਦੌਰਾਨ ਦੋਵਾਂ ਦੇ ਕੱਪੜੇ ਵੀ ਫਾੜ ਦਿੱਤੇ ਜਾਂਦੇ ਨੇ। ਮੌਕੇ ਦੀ CCTV ਸਾਹਮਣੇ ਆਈ ਹੈ ਜਿਸ 'ਚ ਸਾਫ਼ ਦੇਖਿਆ ਜਾ ਸਕਦਾ ਕਿ ਬੇਖੌਫ ਹੋਏ ਕਈ ਬਦਮਾਸ਼ਾਂ ਨੇ ਦੋਵਾਂ ਦੇ ਨਾਲ ਕੁੱਟਮਾਰ ਕੀਤੀ ਹੈ ਅਤੇ ਇਸ ਦੌਰਾਨ ਕੱਪੜੇ ਵੀ ਫਾੜ ਦਿੱਤੇ ਗਏ ਨੇ। ਤਾਂ ਵਾਇਰਲ ਵੀਡੀਓ ਇਹ ਕਪੂਰਥਲਾ ਦੀ ਦੱਸੀ ਜਾ ਰਹੀ ਹੈ ਜਿੱਥੇ ਕਿ ਇੱਕ ਦੁਕਾਨਦਾਰ ਦੇ ਨਾਲ ਅੰਦਰ ਵੜ ਕੇ ਦੁਕਾਨ ਦੇ ਸ਼ਰੇਆਮ ਕੁੱਟਮਾਰ ਕੀਤੀ ਗਈ ਹੈ ਅਤੇ ਮੌਕੇ ਦੀ ਤਸਵੀਰਾਂ ਇਹ ਸਾਹਮਣੇ ਆਈਆਂ ਨੇ। ਅਜੀਤ ਨਗਰ ਸਕੂਲ ਦੇ ਸਾਹਮਣੇ ਦੁਕਾਨ ਆ ਮੇਰੀ, ਕਰਿਆਨੇ ਦੀ, ਚਾਵਲਾ ਕਰਿਆਨਾ ਸਕੂਲ। ਅੱਛਾ ਜੀ। ਉੱਥੇ ਸਾਹਮਣੇ ਦੁਕਾਨ ਵਾਲੇ ਮੁੰਡੇ ਨਾਲ ਲੜੇ ਸੀ ਦੋ ਜਾਣੇ, ਉਹਨਾਂ ਨੂੰ ਬਚਾਉਂਦੇ ਬਚਾਉਂਦੇ ਮੈਂ ਆਪਣੀ ਦੁਕਾਨ ਦੇ ਅੰਦਰ ਵੜ ਗਿਆ ਅਤੇ ਨਾਲ ਦਾ ਮੁੰਡਾ ਇੱਕ ਬਚਾਉਂਦਾ ਬਚਾਉਂਦਾ ਉਹ ਮੇਰੀ ਦੁਕਾਨ ਦੇ ਅੰਦਰ ਵੜ ਗਿਆ। ਉਹ ਵੀ ਅੱਛਾ। ਉਹਨੂੰ ਮੈਂ ਸਗੋਂ ਬਾਹਰ ਕੱਢਾਂ ਕਿ ਬਾਹਰ ਆ ਜਾ, ਬਾਹਰ ਆ ਜਾ ਭਰਾਵਾ, ਮੇਰੀ ਦੁਕਾਨ ਦਾ ਨੁਕਸਾਨ ਨਾ ਕਰਾ। ਉਹ 5-7 ਜਣੇ ਇਕੱਠੇ ਹੋ ਗਏ, ਉਹਨੂੰ ਵੀ ਕੁੱਟਣ ਲੱਗ ਪਏ, ਮੇਰੀ ਦੁਕਾਨ ਦਾ ਵੀ ਨੁਕਸਾਨ ਕਰਨ ਲੱਗ ਪਏ, ਮੇਰੀ ਵੀ ਕੁੱਟਣ ਲੱਗ ਪਏ। ਪ੍ਰਸ਼ਾਸਨ ਦੀ ਮੰਗ ਕਰਦੇ? ਪ੍ਰਸ਼ਾਸਨ ਦੀ ਇਹੀ ਮੰਗ ਕਰਦੇ ਹਾਂ ਜੀ, ਅਸੀਂ ਮਿਹਨਤ ਮਜ਼ਦੂਰੀ ਵਾਲੇ ਬੰਦੇ ਹਾਂ, ਇੱਦਾਂ ਧੱਕਾ।